ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਪੱਬਰ ਵਾਲੀ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ। ਵੀਰ ਜੀ ਹੁਣਾਂ ਦਾ ਜਿਹੜਾ ਨਾਲ ਦੁੱਧ ਦਾ ਕੰਮ ਵੀ ਹੈ ਅਤੇ ਨਾਲ ਜਿਹੜਾ ਵਪਾਰ ਦਾ ਕੰਮ ਵੀ ਆ। ਇਹ ਕੰਮ ਅੱਜ ਜਿਹੜੀ ਵੀਰ ਜੀ ਹੁਣਾਂ ਦੇ ਘਰ ਦੀ ਆ, ਅਤੇ ਦੋ ਝੋਟੀਆਂ ਜਿਹੜੀਆਂ ਕਾਫੀ ਖੂਬਸੂਰਤ ਵੀਰ ਜੀ ਹੁਣਾਂ ਜਿਹੜੀਆਂ ਹਰਿਆਣੇ ਵੱਲੋਂ ਜਿਹੜੀਆਂ ਲਿਆਂਦੀਆਂ ਵਾ, ਆਹ ਦੇਖ ਸਕਦੇ ਜੀ, ਕਾਫੀ ਚੰਗੇ ਕੱਦ ਕਾਟਦੀਆਂ ਵਾ ਅਤੇ ਚੰਗੀਆਂ ਸੋਹਣੀਆਂ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ, ਬਿਲਕੁਲ ਨਿੱਕੇ ਸਿੰਗ ਵਾਲੀਆਂ। ਅੱਜ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਵੀਰ ਜ਼ਿਆਦਾ ਸ਼ੌਕੀਨੀ ਵੱਲ ਧਿਆਨ ਦਿੰਦੇ ਕਿ ਅਸੀਂ ਪਸ਼ੂ ਜਿਹੜਾ ਸ਼ੌਕੀਨ ਰੱਖਣਾ, ਕਿੱਲੇ ਸਾਡੇ 'ਤੇ ਜਿਹੜਾ ਪਸ਼ੂ ਬੱਝਾ ਹੋਵੇ ਅਤੇ ਸੋਹਣਾ ਪਸ਼ੂ ਜਿਹੜਾ ਬੱਝਾ ਹੋਵੇ, ਅਤੇ ਉਹਨਾਂ ਵੀਰਾਂ ਵਾਸਤੇ ਅੱਜ ਖਾਸ ਤੌਰ 'ਤੇ ਜਿਹੜੀਆਂ ਝੋਟੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਵਾ। ਤੁਹਾਨੂੰ ਦੋਵੇਂ ਸੂਈਆਂ ਸਵਾਈਆਂ ਵਾ, ਆਹ ਜਿਹੜੇ ਬੱਚੇ ਇਹਨਾਂ ਦੇ ਇੱਕ ਦਾ ਅਤੇ ਇੱਕ ਦਾ ਉਹ ਆ, ਗੱਲਬਾਤ ਹੁਣ ਆਪਾਂ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਨਾਮ ਦੱਸਦੇ ਕਰੀ ਆਪਣਾ। ਦਿਲਬਾਗ ਸਿੰਘ ਜੀ। ਤੇ ਐਡਰੈਸ ਵੀ ਦੱਸਦੇ ਕਰੀ ਆਪਣਾ। ਪਿੰਡ ਪੱਬਰ ਵਾਲੀ, ਜ਼ਿਲ੍ਹਾ ਗੁਰਦਾਸਪੁਰ। ਅੱਛਾ ਜੀ। ਤੇ ਲੱਗੇ ਆਪਾਂ ਨੂੰ ਫਤਿਹਗੜ੍ਹ ਚੂੜੀਆਂ। ਲੱਗੇ ਫਤਿਹਗੜ੍ਹ ਚੂੜੀਆਂ 8-9-10 ਕਿਲੋਮੀਟਰ, 9-10 ਕਿਲੋ ਆਪਣਾ ਪੈਂਦਾ ਡੇਰਾ ਬਾਬਾ ਨਾਨਕ, 5 ਕਿਲੋਮੀਟਰ ਪੈਂਦਾ ਜੀ ਰਮਦਾਸ। ਰਮਦਾਸ ਪੈ ਜਾਂਦਾ 5 ਕਿਲੋ, ਠੀਕ ਹੈ ਜੀ। ਤੇ ਜਿਹੜਾ ਮਾਲੇਵਾਲ ਤੋਂ ਰਮਦਾਸ ਨੂੰ ਰੋਡ ਜਾਂਦਾ, ਉਹ ਰੋਡ ਦੇ ਮਾਲੇਵਾਲ ਤੋਂ ਯਾਰ ਰਮਦਾਸ ਨੂੰ ਰੋਡ ਜਾਂਦਾ, ਉੱਤੇ ਪਿੰਡ ਦੇ ਵਿੱਚ ਬਾਹਰ ਉੱਤੇ ਰੋਡ ਦੇ ਉੱਤੇ ਘਰ ਹੈ ਆਪਣਾ, ਹੈ ਨਾ, ਠੀਕ ਹੈ ਜੀ। ਤੇ ਫੋਨ ਨੰਬਰ ਇੱਕ ਵਾਰੀ ਬੋਲਦੇ ਆਪਣਾ। 84-378-82-52, ਠੀਕ ਹੈ। ਤੇ ਪਸ਼ੂ ਤਿੰਨ ਕਿੱਥੇ ਪਕਾਓ ਫਿਰ ਆਪਣੇ? ਤਿੰਨ ਪਸ਼ੂ ਪਕਾਓ। ਇਹ ਕਿੱਧਰੋਂ ਲਿਆਂਦੇ ਜੀ? ਇਹ ਵੀ ਜੀ ਦੋ ਝੋਟੀਆਂ ਆਪਣੀ ਹਰਿਆਣੇ ਚੋਂ ਲੈ ਕੇ ਆਏ ਹਾਂ। ਅੱਛਾ, ਦੋ ਹਰਿਆਣੇ ਚੋਂ ਲਿਆਂਦੀਆਂ। ਹਾਂਜੀ। ਤੇ ਇੱਕ ਆ, ਇਹ ਵੀ ਜੀ ਆਪਾਂ ਵਿਲੇ ਦੀ ਗੰਗਾ ਨਗਰੋਂ ਲੈ ਕੇ ਆਏ ਹਾਂ ਦੁੱਧ ਦੀ। ਉਹ ਮਾਲ ਕੇ ਦੁੱਧ 14-15 ਲੀਟਰ ਦਿੰਦੇ ਨੇ। ਅੱਛਾ, ਇਹ ਵੀ ਗੰਗਾ ਨਗਰ ਦੀ ਹੈ। ਬਸ ਇਹਨੇ 5-7 ਦਿਨਾਂ ਵਿੱਚ ਤਿਆਰ। ਠੀਕ ਹੈ ਜੀ। ਚਲੋ ਫਿਰ ਸ਼ੁਰੂਆਤ ਆਪਾਂ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ ਕਰਨੀ ਆ। ਬਾਕੀ ਜਿਹੜਾ ਉੱਧਰ ਦਾ ਮਾਲ ਜਿਹੜਾ ਹੁੰਦਾ ਵਾ, ਆਪ ਹੀ ਮੂੰਹੋਂ ਦੱਸਦਾ ਵਾ, ਜਿਹੜਾ ਬਹੁਤਾ ਦੱਸਣ ਦੀ ਵੀ ਲੋੜ ਨਹੀਂ ਹੁੰਦੀ। ਕਿੰਨਵਾਂ ਸੂਆ ਜੀ ਵਿਧੀ ਇਹਦਾ? ਪਹਿਲਾ ਸੂਆ ਵਿਧੀ। ਪਹਿਲਾ ਸੂਆ ਜੀ, ਕਿੰਨਾ ਚਿਰ ਹੋਇਆ ਜੀ ਸੂਈ ਨੂੰ? ਸੂਈ ਨੂੰ ਮਿਲਦੀ ਆ ਜੀ 6-7 ਦਿਨ ਹੋਏ। 6-7 ਦਿਨ ਹੋ ਗਏ ਆ। ਹਾਂਜੀ। ਤੇ ਕਿੰਨਾ ਕੁ ਦੁੱਧ ਕਹਿ ਲਈਏ, ਬੋਲਾ ਕਹਿ ਲਈਏ ਤਿਆਰ ਜੀ? ਦੁੱਧ ਵੀ ਜੇ ਕੱਚੇ ਬੋਲੇ ਤੋਂ ਛਾਣ ਘਟੀ ਆ 9-10 ਲੀਟਰ ਬੋਲੇ। ਅੱਛਾ, ਹਾਂਜੀ, 9-10 ਲੀਟਰ ਤੋਂ ਜਿਹੜੀ ਸਟਾਰਟਿੰਗ ਹੈਗੀ ਆ ਜੀ। ਤੇ ਕਿੰਨਾ ਕੁ ਦੁੱਧ ਚਵਾ ਜੂਗੀ ਇਹ? ਚਵਾ ਜੂਗੀ ਜੀ, ਅਜੇ ਥੋੜਾ ਦਿਲ ਦੁਲ ਆ ਗਿਆ, ਅਜੇ ਥੋੜਾ ਅਜੇ ਆਣ ਕੇ ਡੰਗਰ ਉਪਰਾਪਨ ਕਰਦਾ ਕੋ 5-7 ਦਿਨ। ਹਾਂਜੀ ਹਾਂਜੀ, ਜਿਹੜਾ ਸਾਡੇ ਥੋੜਾ ਪੱਠੇ ਦਾ ਫਰਕ ਹੈ ਕਿਸੇ ਤਰ੍ਹਾਂ ਵੀ ਲਾ ਲਓ, ਹਨਾ। ਹਾਂਜੀ ਹਾਂਜੀ, ਜਿਹੜਾ ਪਸ਼ੂ ਰੱਖਦੇ ਉਹਨਾਂ ਨੂੰ ਹਰੇਕ ਬੰਦੇ ਨੂੰ ਚਲੋ ਪਤਾ ਦੱਸ, ਬਾਕੀ ਸਾਰਿਆਂ ਨੂੰ ਪਤਾ ਹੀ ਹੈ ਕਿ ਦਿਨ ਕਿਹੋ ਜਿਹੇ ਇੱਕ ਚੱਲਣਦੇ ਆ। ਹਾਂਜੀ ਹਾਂਜੀ, ਗਰਮੀ ਬਹੁਤ ਜ਼ਿਆਦੀ ਜੀ। ਹਾਂਜੀ ਹਾਂਜੀ, ਤੇ ਝੋਟੀ ਰਾਮ ਨਾ, ਮੈਂ ਤਾਂ ਨਾ 13-14 ਨਹੀਂ ਤੇ 12-13 ਲੇਟ ਗੜ 13 ਦੇ ਜ਼ਰੂਰ ਬੱਬਰੇ। 12-13 ਜਿਹੜਾ ਨਾਰਮਲ ਚਵਾਈ ਜਾਊਗਾ, ਆਪਾਂ ਨੂੰ ਉਮੀਦ ਵੱਧਦੀ ਆ ਵੀ ਚਲੋ ਅੱਗੋਂ ਕਿਸੇ ਦੀ ਸਾਂਭਦੇ। ਹਾਂਜੀ, ਠੀਕ ਹੈ। ਬਾਕੀ ਪਹਿਲਾ ਸੂਆ ਝੋਟੀ ਆ, ਤੇ ਹੈਗੀ ਜਿਹੜੀ ਕਮਾਲ ਹੀ ਆ, ਜਿਹੜੀ ਥਣਾ ਦਾ ਸਾਈਜ਼ ਕੈਪ ਦੇਖ ਸਕਦੇ ਜੀ, ਪਸੰਦ ਕੇ ਥਣ ਜਿਹੜਾ ਪੂਰਾ ਵਧੀਆ ਤਿਆਰ ਕਰੂਗੀ। ਲਿਆ ਖੋਲੋ ਹਾਂ ਵਿਧੀ ਤੌਰ ਦੀ, ਕੱਦ ਕਾਠ ਵੀ ਜਿਹੜਾ ਇਹਦਾ ਇੱਕ ਵਾਰੀ ਦੇਖ ਸਕਦੇ ਜੀ, ਪੂਰਾ ਉੱਚਾ ਵਾ, ਜਿਹੜੇ ਝੱਬੂ ਦਾ ਥੋੜ੍ਹਾ ਜਿਹਾ ਕਰਦੀ ਆ। ਇੱਕ ਵਾਰੀ ਵੀਰ ਜੀ ਸਿੱਧੀ ਲੈ ਜਾਓ ਅੰਦਰ ਨੂੰ, ਪਿੱਠ ਪੁੱਠੇ ਤੁਹਾਨੂੰ ਦੇਖ ਸਕਦੇ ਜੇ। ਵੀਡੀਓ ਬਣਾਉਣ ਦਾ ਟਾਈਮ ਜਿਹੜਾ ਆਪਣਾ ਦੁਪਹਿਰ ਦਾ ਵਾ, ਸ਼ਾਮ ਤੱਕ ਜਿਹੜਾ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਚੰਗੀ ਤਰ੍ਹਾਂ ਤਿਆਰ ਕਰੂਗੀ। ਇੱਕ ਵਾਰੀ ਅੰਦਰੋਂ ਘੁੰਮਾ ਲਿਆ ਵੀਰ ਜੀ, ਆ ਜਾ ਲੈ ਆ। ਬੱਚਾ ਜਿਹੜਾ ਇਹਦੇ ਮਗਰ ਕੱਟਾ ਆ, ਹਾਂ ਦੇਖ ਸਕਦੇ ਜੀ। ਬਾਕੀ ਝੋਟੀਆਂ ਜਿਹੜੀਆਂ ਦੋਵੇਂ ਹੀ, ਇੱਕ ਪਾਸੇ ਇੱਧਰ ਦੀਆਂ 4 ਮੱਝਾਂ ਖਿਲਾਰ ਦਿਓ ਅਤੇ 2 ਖਿਲਾਰ ਦਿਓ, ਇੱਕੋ ਜਿਹੀਆਂ ਲੱਗੂਗੀਆਂ ਆਪਾਂ ਨੂੰ, ਦੋ ਦੋ ਵਰਗੀਆਂ ਇਕੱਲੀ ਆ ਜਿਹੜੀ, ਆਹ ਹਵਾਨਾ ਜਿਹੜਾ ਇਹਦਾ। ਅਤੇ ਪਿੱਠ ਪੁੜੇ ਤਾਂ ਇੱਕ ਵਾਰੀ ਦੇਖ ਸਕਦੇ ਜੀ, ਚੰਗੀਆਂ ਸਾਂਭੀਆਂ ਝੋਟੀਆਂ ਵਾ ਜਿਹੜੀਆਂ। ਅਤੇ ਵੀਰ ਜੀ ਇਹਨਾਂ ਦੀ ਚਵਾਈ ਕਿੰਨੇ ਕੁ ਵਜੇ ਦੀ ਜੀ? ਚਵਾਈ ਵੀ ਜੀ 6 ਤੋਂ 6 ਆ। ਸਵੇਰੇ ਜਾਂਦੇ 5:30-6 ਦੇ, ਸ਼ਾਮ ਨੂੰ ਇੰਨੇ ਟਾਈਮ। ਅਤੇ ਹੁਣ ਟਾਈਮ ਆਪਣਾ ਜਿਹੜਾ 11:15 ਦਾ ਹੋਇਆ ਵਾ, ਹਨਾ। ਹਾਂ, 11 ਦਾ ਟਾਈਮ ਹੋ ਗਿਆ। ਅਜੇ ਟਾਈਮ ਹੀ ਕੁਛ ਨਹੀਂ ਹੋਇਆ, ਅਜੇ ਸ਼ਾਮ ਨੂੰ ਜਾ ਕੇ 5-6 ਘੰਟੇ ਲੱਗਦਾ। ਚਲੋ ਫਰਕ, ਝੋਟੀਆਂ ਜੀ ਆਪਣੇ ਟਾਈਮ ਤੇ ਆਉਂਦੀਆਂ, ਬਹੁਤ ਵਧੀਆ, ਠੀਕ ਹੈ ਜੀ। ਤੇ ਬਾਕੀ ਉਸ ਤਰ੍ਹਾਂ ਵਪਾਰ ਦਾ ਆਪਣਾ ਮੇਨ ਕੰਮ ਵਪਾਰ ਦਾ ਜਾਂ ਕਿਤੇ? ਵਪਾਰ ਦਾ ਘਰੇ ਡੇਰੀ ਦਾ ਵਪਾਰ। ਅੱਛਾ, ਮੇਨ ਜ਼ਿਆਦਾ ਆਪਣਾ ਦੁੱਧ ਦਾ ਹੀ ਕੰਮ ਆ, ਆਹ ਸਾਰੇ ਪਸ਼ੂ ਜਿਹੜੇ ਵੀਰ ਜੀ ਉਹਨਾਂ ਦੇ ਘਰ ਦੇ ਹੀ ਆ। ਤੇ ਇਹ ਫਿਰ ਸ਼ੌਂਕ ਨਾ ਕਿਤੇ ਕਦੀ ਲੈ ਆਉਂਦੇ? ਸ਼ੌਂਕ ਨਾ ਵੀਰ ਜੀ, ਜਦੋਂ ਵਿਹਲੇ ਹੋਈਦਾ, ਚਲੋ
झोटी का फिर मुल आप दस दी दूसरे नंबर झोटी दिखाई है भी कमाल पिठ पुड़े दी देख सकते जी चंगे उच्चे कद काट दी है जी बॉडी स्ट्रक्चर ही जरा झोटी का दसदा है हाँ देख सकते थना का साइज गैप यदा भी आप देख सकते बिल्कुल दूर दूर है आप देख सकते कोई टोका नहीं थना जी कोई कुछ नहीं है दसिए भी जी ये बारे भी बिलकुल तैयार जरा गर्मी फिर डंगर दिल लागे पठा खा के डंगर झोटी थोड़ा मौसम दे फर्क पै गना हां जी हां जी 17 18 लीटर रा होना चाहिए 17 तक जेड़ा चल जाए ते दे मगर कट्टी च इदे मगर कट्टी वेदी ओ कट्टी च जड़ी इदे मगर हां जी ते सुई नु किन्ना के चिर हो गया जी 20 दिन हो गए 20 दिन जेड़े सुई नु हो गए आ हां जी ते हुन मौके ते जेड़ा 13 14 लीटर घरों चवा के दोगे 13 लीटर 14 की घरों चवा के दोगे दो टाइम तसल्ली करके अपना खैर कोई गल नहीं रहन सांदा प्रबंध पूरा वेदी लिया खोलो हां फिर तोरी है इना में बाकी सोहनी झोटी है जी बड़े कमाल की झोटी है पिठ पुड़े तो भी चंगी है हाँ देख सकते जी हाथियां अर्गे शरीर है जेडे इन्हों घोड़िया अर्गे कद लै जा सीधी लै जा विधी एक करी बाकी जिहड़ा कोई वीर इत्थे आ गया अपनी पसंद करके खड़े क्योंकि हर किसे दी वेखण दी आपो अपनी निगाह हुंदी है जिहड़े वीर ने पैसे खर्चने आ इत्थे आओ अपनी दो टाइम तसल्ली करके चवाई करके खड़ो आज लै आओ जी बाकी हजे टाइम जिहड़ा 11 बजे दा जिहड़ा होया वा ग्यारह बजे दा टाइम है जिहड़ा हले ते उस हिसाब नाल कोई वीर हवाने दा अंदाजा लावे काफी चंगी है दसिए विधी ए बारे भी ਅਜ ਮਤਲਬ 10 ਦਿਨ ਖੜਦੀ ਆ ਇਹਨਾਂ ਦੇ 7-8 ਜਣ ਕੇ ਲੈ ਜਾਂਦੀ ਹੋ ਸਕਦਾ ਤੇਰੀ ਗੇਤਰਾ ਹੋਵੇ 2-4 ਦਿਨ ਉੱਤੇ ਵੀ ਲੈ ਜੇ ਅੱਛਾ ਤੇ 5-7 ਦਿਨ ਜਣ ਕੇ ਬਾਕੀ ਆ ਇਹ ਤਾਂ ਛੋਟੀ ਬਹੁਤ ਸਾਫ ਆ ਕਿ ਇੱਕ ਸੂਆ ਘਰੇ ਚੋਈ ਆ ਅੱਛਾ ਦੁੱਧ ਦੀ ਚਵਾਈ ਬਿਲਕੁਲ ਵਧੀਆ ਦੁੱਧ ਨੂੰ ਬਹੁਤ 13-14 ਲੀਟਰ ਦੁੱਧ ਰਾਉਣ ਪਈ 13-14 ਲੀਟਰ ਚਵਾ ਦਿੰਦੀ ਆ ਇਹਦੀ ਕੋਈ ਗੱਲ ਨਹੀਂ ਜੋ ਸਾਈ ਕਰ ਜੇ ਤੇ 14 ਲੀਟਰ ਦੁੱਧ ਤੋਲ ਕੇ ਕੱਢਿਆ ਅੱਛਾ ਘਰੋਂ ਚਵਾ ਕੇ ਵੀ ਦੇ ਦੋ ਚਵਾ ਕੇ ਦੇ ਦੇਣਗੇ ਲਿਆ ਫਿਰ ਖੋਲੋ ਹਾਂ ਤੋਰਦੀ ਆ 14 ਲੀਟਰ ਦੁੱਧ ਇਹਦਾ ਜਿਹੜਾ ਕਹਿੰਦੇ ਕਿ ਚਵਾ ਕੇ ਵੀ ਦੇ ਦੇਾਂਗੇ बाकी हवाना ये भी चंगा भरूगी कद काट की जड़ी ये भी चंगी उच्ची है अज लै
बाकी वीर जी कहते कि कोई साई बयाना कर ले, दुध जरा वा चवा के भी दे देंगे, बाकी होर भी दूजिया झोटिया का भी जो किसी ने इस तरह करना वा तो वह वीर जी होना जरा आपे गल कर ले कि इन्ना दुध कोई चवा के दे दे। फिर मुल रखना वीर जी एदा अपनी तसली करे वेस चाख के फिर ही अपना पशु खरीदे जी। हाँ जी दोस्तों, वीडियो ने पूरा देखने लिए बहुत बहुत धन्यवाद।